ਬਾਬਾ ਕੀ ਹਾਲ ਆ? ਮਾੜਾ ਬੱਚਿਆ, ਮਾੜਾ ਬਹੁਤ ਬੁਰਾ ਹਾਲ ਆ। ਉਹ ਮਾੜੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋਈ ਗਈ। ਉਹ ਮਾੜਿਆ ਬੱਚਿਆ, ਉਹ ਥੱਕੇ ਨਾ ਬੰਦੇ ਨਾ ਕਹਿ ਪਤਾ ਆ। ਉਹ ਅੱਜ ਕੱਲ੍ਹ ਜਵਾਨਾਂ ਨੂੰ ਨਹੀਂ ਪਤਾ ਲੱਗਣਾ ਤਾਂ ਮਾੜੀ ਤਾਂ ਬਹੁਤ ਉਮਰ ਹੋਈ ਗਈ। ਹਾਂ, ਔਰ ਨਾਲੇ ਪੁੱਤਰ ਮਾੜੇ ਦਿਲੇ 'ਚ ਗਰਾਸ ਬਹੁਤ ਉੱਥੇ ਨਾ ਛੁਪਿਆ। ਉਹ ਕਿਆ ਬਾ? ਮਾੜਿਆ ਬੱਚਿਆ, ਉਹ ਥੱਕੇ ਨਾ, ਉਹ ਤੂੰ ਮਾੜਾ ਪੁੱਤਰ ਨਹੀਂ ਆਏ। ਤੁਸੀਂ ਤੁਸੀਂ ਡਾਕੂ ਚਾਈ 'ਤੇ ਪਿਆ ਆਉਣਾ ਸੀ, ਉਹ ਤੁਸੀਂ ਰਸਤੇ ਛੁੱਟੀ ਛੁੱਟੀ ਗਿਆ ਅਤੇ ਮੈਂ ਤੁਸੀਂ ਚਾਈ 'ਤੇ ਆਉਂਦਾ ਆਏ 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 ਅਤੇ ਮੈਂ ਤੁਸੀਂ ਚਾਈ 'ਤੇ ਘਰ ਆਉਂਦਾ। ਉਹ ਮੈਂ ਤੁਹਾਡੀ ਬਹੁਤ ਚੰਗੀ ਪਰਵਰਿਸ਼ ਕੀਤੀ ਅਤੇ ਤੁਹਾਡੇ ਗਲਾਫਤ ਨਹੀਂ ਮਾੜੇ ਕੋਲ ਪਿਆ ਆ, ਤੁਹਾਡੇ ਗਲੇ 'ਚ ਗਲਾਫਤ ਸੀ। ਤੁਹਾਡਾ ਨਾਂ ਸ਼ੇਰੂ ਨਹੀਂ, ਤੁਹਾਡਾ ਨਾਂ ਅਲੀ ਨੇ ਆਏ 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 ਜਾਣੇ ਮਾੜੇ ਲੜਕੇ ਦਲੂ ਕਰੀ ਗਿਆ ਬਾ। ਬਾਹਰ ਨਿਕਲ ਖੜਕਾਈ ਕਿਤੇ ਬਰਦਾਰ ਉੱਪਰ ਜਾਈਏ ਮਾੜੇ ਸਾਰੇ ਅਰਮਾਨਾਂ ਪਰ ਪਾਣੀ ਫੇਰੀ ਸੱਟੀ। ਰਾਤੀ ਦਿਹਾੜੀ ਮੈਚ ਦੇ ਖਾਬ ਤਕਰਾ ਸੀ ਤੇ ਤੂੰ ਇਸ ਤਰ ਵਿਆਹ ਕਰੀ ਕਿਤੇ ਤੁਮਾਰੀ ਭੈਣ ਮੈਂ ਤੁਹਾਡੀ ਇਹ ਅੱਜ ਮਾਲਿਸ਼ ਕਰਸਾਂ ਕਿ ਤੁਹਾਡਾ ਮਗਜ਼ ਵੀ ਅੰਦਰ ਛਲੀ ਛਲੀ ਕੇ ਭਰ ਗਈਆਂ। ਸਲਾਮ ਅਲੈਕੁਮ। ਕੀ ਹਾਲ ਨਿਕਿਆ?
ਪਹਿਲਵਾਨ ਜੀ ਕੀ ਹਾਲ ਆ ਜੀ ਠੀਕ ਹੈ ਮਾਸ਼ਾਅੱਲਾ ਬੜੀ ਵਰਜਿਸ਼ਾਂ ਕਰਨੇ ਪਿਓ ਉਹ ਬਸ ਯਾਰਾ ਪਹਿਲਵਾਨੀ ਜੇ ਕਰਨੀ ਹੋਈ ਤੇ ਫਿਰ ਵਰਜਿਸ਼ਾਂ ਵੀ ਕਰਨੀਆਂ ਪੈਣੀਆਂ ਪਹਿਲਵਾਨ ਜੀ ਤੁਸੀਂ ਗੱਲ ਕਰਨੀ